ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਪੰਥ ਖਾਲਸਾ ਨੂੰ ਪਤਾ ਹੈ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਸਿੰਘ ਸਾਹਿਬਾਨਾਂ ਵੱਲੋਂ ਜੋ ਪੂਰੇ ਪੰਜਾਬ ਦੇ ਅੰਦਰ ਨਸ਼ੇ ਭਜਾਓ ਪੰਥ ਪੰਜਾਬ ਬਚਾਓ ਯਾਤਰਾ ਦਾ ਆਗਾਜ਼ ਕੀਤਾ ਗਿਆ ਸੀ, ਗੁਰਦੁਆਰਾ ਫਤਿਹਗੜ੍ਹ ਸਾਹਿਬ ਸਰਹੰਦ ਦੀ ਧਰਤੀ ਤੋਂ, ਸ਼ਹੀਦਾਂ ਦੀ ਧਰਤੀ ਤੋਂ ਨਤਮਸਤਕ ਹੋ ਕੇ ਅਰਦਾਸ ਕਰਕੇ 16 ਅਗਸਤ ਨੂੰ ਉਹ 15 ਸਤੰਬਰ ਨੂੰ ਸਮਾਪਤ ਹੋਣ ਜਾ ਰਹੀ ਹੈ ਯਾਤਰਾ। ਪੂਰੇ ਪੰਜਾਬ ਦੇ ਅੰਦਰ ਮਾਝਾ, ਮਾਲਵਾ, ਦੁਆਬੇ ਦੇ ਵਿੱਚ ਥਾਂ ਥਾਂ 'ਤੇ ਸੰਗਤਾਂ ਨੇ ਉਹਦਾ ਬੜਾ ਸਵਾਗਤ ਕੀਤਾ, ਬੜਾ ਸਮਰਥਨ ਦਿੱਤਾ। ਜਿਨ੍ਹਾਂ ਵੀ ਸਿੱਖ ਜਥੇਬੰਦੀਆਂ ਨੇ, ਸਮੂਹ ਸੰਤ ਮਹਾਂਪੁਰਸ਼ਾਂ ਪ੍ਰਚਾਰਕਾਂ ਨੇ ਇਸ ਯਾਤਰਾ ਦੇ ਵਿੱਚ ਆਪਣੇ ਵਹੀਕਲ ਲੈ ਕੇ ਸਾਥ ਸਹਿਯੋਗ ਦਿੱਤਾ, ਥਾਂ ਥਾਂ ਸਵਾਗਤ ਕੀਤਾ। ਸਮੁੱਚੇ ਉਹਨਾਂ ਪ੍ਰਚਾਰਕਾਂ ਦਾ, ਸਿੱਖ ਜਥੇਬੰਦੀਆਂ ਦਾ, ਸਿੱਖ ਸੰਗਤਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦੇ ਹਾਂ। ਪੂਰੇ ਪੰਜਾਬ ਦੇ ਅੰਦਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ, ਮੰਡ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਅਜਨਾਲਾ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ, ਉਹਨਾਂ ਨੇ ਪੂਰੇ ਪੰਜਾਬ ਦੇ ਅੰਦਰ ਥਾਂ ਥਾਂ ਜਾਣਾ ਕੀਤਾ। ਦਾਸ ਨੇ ਵੀ 7 ਕੁ ਜ਼ਿਲ੍ਹਿਆਂ ਦੇ ਅੰਦਰ ਇਸ ਯਾਤਰਾ ਵਿੱਚ ਜਾਣਾ ਕੀਤਾ। ਜਿਵੇਂ ਸੰਗਤਾਂ ਨੇ ਇਸ ਯਾਤਰਾ ਦਾ ਸਮਰਥਨ ਅਤੇ ਸਹਿਯੋਗ ਦਿੱਤਾ, ਸਾਨੂੰ ਪੂਰੀ ਆਸ ਹੈ ਕਿ ਜਿਸ ਮਿਸ਼ਨ ਨੂੰ ਲੈ ਕੇ ਯਾਤਰਾ ਕੱਢੀ ਗਈ ਸੀਗੀ, ਉਸ ਮਿਸ਼ਨ ਦੇ ਵਿੱਚ ਇਹ ਯਾਤਰਾ ਸਫਲ ਹੋਵੇਗੀ। ਪੰਜਾਬ ਦੇ ਨੌਜਵਾਨ ਨਸ਼ਿਆਂ ਤੋਂ ਰਹਿਤ, ਪੰਜਾਬ ਦੀ ਕਿਸਾਨੀ ਕਰਜ਼ਿਆਂ ਤੋਂ ਰਹਿਤ ਹੋ ਕੇ ਖੁਦਕਸ਼ੀਆਂ ਦੇ ਰਾਹ ਤੋਂ ਮੁੜੇਗੀ, ਔਰ ਸਾਰੇ ਥਾਂ ਥਾਂ 'ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬੇਅਦਬੀ ਹੋ ਰਹੀ ਉਹਨੂੰ ਰੋਕਣ ਦੇ ਵਿੱਚ ਜਿਹੜਾ ਉਪਦੇਸ਼ ਦਿੱਤਾ ਗਿਆ ਗੁਰੂ ਘਰਾਂ ਦੇ ਵਿੱਚ ਪ੍ਰਬੰਧ ਦਾ, ਸੇਵਾਦਾਰਾਂ ਦਾ, ਸੋ ਸਾਰੀਆਂ ਸੰਗਤਾਂ ਉਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਨਗੀਆਂ। ਸੋ ਅਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਖਾਲਸੇ ਦੀ ਸਾਜਨਾ ਭੂਮੀ ਦੇ ਉੱਪਰ 15 ਤਰੀਕ ਨੂੰ ਇਹ ਯਾਤਰਾ ਸਮਾਪਤ ਹੋਣ ਜਾ ਰਹੀ ਹੈ। ਸੋ ਦਾਸ ਆਪਣੇ ਵੱਲੋਂ ਅਤੇ ਸਮੁੱਚੇ ਸਿੰਘ ਸਾਹਿਬਾਨਾਂ ਦੇ ਵੱਲੋਂ ਆਪ ਸੰਗਤਾਂ ਨੂੰ ਬੇਨਤੀ ਕਰਦਾ, ਸਮੂਹ ਸਿੱਖ ਜਥੇਬੰਦੀਆਂ ਨੂੰ, ਸੰਤ ਮਹਾਂਪੁਰਸ਼ਾਂ ਨੂੰ ਕਿ ਸਾਰੇ ਆਪੋ ਆਪਣੇ ਵਹੀਕਲ ਲੈ ਕੇ ਸੰਗਤਾਂ ਦੇ ਸਮੇਤ ਇਸ ਯਾਤਰਾ ਦੇ ਵਿੱਚ ਵਹੀਰਾਂ ਘੱਤ ਕੇ ਪੁੱਜੋ ਅਤੇ ਸਮਾਪਤੀ ਦੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕਰੋ ਅਤੇ ਸਾਰੇ ਪੰਜਾਬ ਦੀ, ਪੰਥ ਦੀ, ਕੌਮ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰੋ ਅਤੇ 10 ਨਵੰਬਰ 2016 ਦੇ ਸਰਬੱਤ ਖਾਲਸੇ ਦੀ ਸਫਲਤਾ ਵਾਸਤੇ ਸਾਰੇ ਸ੍ਰੀ ਅਨੰਦਪੁਰ ਸਾਹਿਬ ਦੀ ਵਿਖੇ ਅਰਦਾਸ ਕਰਨ ਵਾਸਤੇ ਪਹੁੰਚੋ। ਪੰਥਕ ਸੇਵਾ ਲਹਿਰ ਦਾਦੂਵਾਲ ਜਥੇਬੰਦੀ ਦੇ ਸਮੂਹ ਆਗੂ ਅਤੇ ਸਮੂਹ ਵਰਕਰ ਜਿਵੇਂ ਪੰਜਾਬ ਦੇ ਵਿੱਚ ਥਾਂ ਥਾਂ 'ਤੇ ਨਾਲ ਗਏ ਨੇ ਇਸ ਯਾਤਰਾ ਦੇ, ਸੋ ਸਮਾਪਤੀ ਵੇਲੇ ਵੀ ਮੈਂ ਬੇਨਤੀ ਕਰਦਾ ਉਹਨਾਂ ਨੂੰ ਵੀ, ਸਾਰਿਆਂ ਨੂੰ ਅਤੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ, ਸੰਤ ਮਹਾਂਪੁਰਖਾਂ ਨੂੰ ਕਿ ਇਸ ਯਾਤਰਾ ਦੇ ਵਿੱਚ ਪਹੁੰਚ ਕੇ ਸਮਾਪਤੀ ਦੇ ਸਮੇਂ ਗੁਰੂ ਚਰਨਾਂ 'ਚ ਅਰਦਾਸ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।